ਮੇਰਾ ਨਾਮ ਨਰਿੰਦਰ ਭਾਸਕਰ ਹੈ। ਮੈਂ ਕਾਂਗਰਸ ਕਮੇਟੀ ਦਾ ਡਿਸਟ੍ਰਿਕਟ ਦਾ ਜਨਰਲ ਸੈਕਟਰੀ ਹਾਂ ਔਰ ਮੈਂ ਗੁਰਦਾਸਪੁਰ ਹਲਕੇ ਦੇ ਅਲੱਗ ਅਲੱਗ ਲੀਡਰਾਂ ਨਾਲ ਮੈਂ ਹਰ ਹੀ ਫੀਲਡ ਦੇ ਵਿੱਚ ਕੰਮ ਕੀਤਾ, ਲੇਕਿਨ ਮੈਂ ਪਿਛਲੇ ਦੋਵਾਂ ਸਾਲਾਂ ਤੋਂ ਮੈਂ ਪਾੜਾ ਪਰਿਵਾਰ ਦੇ ਨਾਲ ਜੁੜਿਆ। ਇਹ ਪਰਿਵਾਰ ਹਮੇਸ਼ਾ ਹੀ ਲੋਕਾਂ ਦੇ ਦੁੱਖਾਂ ਨੂੰ ਔਰ ਉਹਨਾਂ ਦੀ ਤਕਲੀਫਾਂ ਨੂੰ ਸਮਝਦਾ ਆਇਆ ਔਰ ਉਹਨਾਂ ਦੇ ਦੁੱਖਾਂ ਤਕਲੀਫਾਂ ਨੂੰ ਦੂਰ ਕਰਦਾ ਆਇਆ। ਜੋ ਜੁਝਾਰੂਪਨ, ਜੋ ਇਹਨਾਂ ਦੇ ਵਿੱਚ ਜਨੂੰਨ ਹੈ ਲੋਕਾਂ ਦੀ ਸੇਵਾ ਕਰਨ ਦਾ ਇਸ ਪਰਿਵਾਰ ਦੇ ਵਿੱਚ ਮੈਂ ਹੋਰ ਕਿਸੇ ਨੇਤਾ ਦੇ ਵਿੱਚ ਨਹੀਂ ਦੇਖਿਆ। ਇਹ ਸੋਚ ਰੱਖਦੇ ਨੇ ਹਰ ਘਰ ਹਰ ਦਰਵਾਜ਼ੇ 'ਤੇ ਪਹੁੰਚ ਰੱਖਣ ਦੀ। ਇਹ ਹਰ ਛੋਟੇ ਵੱਡੇ ਕਿਸੇ ਵੀ ਤਰ੍ਹਾਂ ਦਾ ਸ਼ਹਿਰ ਦਾ ਨਿਵਾਸੀ ਕਿਉਂ ਨਾ ਹੋਏ, ਪਿੰਡ ਦਾ ਨਿਵਾਸੀ ਕਿਉਂ ਨਾ ਹੋਏ, ਉਹਨੂੰ ਬਹੁਤ ਹੀ ਕੋਲ ਬਿਠਾ ਕੇ ਉਹਦੇ ਦੁੱਖ ਤਕਲੀਫ ਸੁਣਦੇ ਨੇ, ਉਹਨਾਂ ਦੀ ਤਕਲੀਫ ਦੂਰ ਵੀ ਕਰਦੇ ਨੇ। ਮੈਂ ਇਸ ਹੀ ਸੋਚ ਨੂੰ ਇਹਨਾਂ ਦੀ ਮੱਦੇਨਜ਼ਰ ਰੱਖਦਿਆਂ ਹੋਏ ਇਸ ਪਰਿਵਾਰ ਦੇ ਨਾਲ ਮੈਂ ਜੁੜਿਆ ਔਰ ਮੈਂ ਆਸ ਵੀ ਕਰਦਾ ਭਈ ਜਿਹੜੀ ਕਾਂਗਰਸ ਕਮੇਟੀ ਨੇ ਜਿਹੜੀ ਕਮਾਂਡ ਨੇ ਉਹਨਾਂ ਨੂੰ ਇਹਨਾਂ ਟਿਕਟ ਦੇ ਕੇ ਨਵਾਜਿਆ ਗੁਰਦਾਸਪੁਰ ਦੀ, ਇਹ ਇੱਕ ਬਹੁਤ ਹੀ ਵੱਡੀ ਸੋਚ ਹੈ। ਮੈਂ ਇਹ ਸੋਚਦਾ ਕਿ ਗੁਰਦਾਸਪੁਰ ਵਿੱਚ ਜਿਹੜੇ 16 ਐਪਲੀਕੈਂਟਸ ਸੀ ਜਿਨ੍ਹਾਂ ਨੇ ਇਸ ਗੁਰਦਾਸਪੁਰ ਹਲਕੇ ਦੇ MLA ਵਾਸਤੇ ਸੀਟ ਵਾਸਤੇ ਅਪਲਾਈ ਕੀਤਾ, ਉਹ ਕਿਸੇ ਇੱਕ ਨੂੰ ਹੀ ਮਿਲਣੀ ਸੀ ਔਰ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਵੀ ਜਿਹਨੂੰ ਵੀ ਮਿਲੇਗੀ ਅਸੀਂ ਉਹਦਾ ਡਟ ਕੇ ਉਹਦਾ ਸਾਥ ਦੇਵਾਂਗੇ। ਅਤੇ ਕਿਸਮਤ ਨਾਲ ਪਾੜਾ ਪਰਿਵਾਰ ਨੂੰ ਇਹ ਟਿਕਟ ਮਿਲੀ ਆ ਅਤੇ ਮੇਰੀ ਬਾਕੀ ਵੀ ਜਿੰਨੇ ਵੀ ਐਪਲੀਕੈਂਟਸ ਨੇ ਉਹਨਾਂ ਨੇ ਵੀ ਹੱਥ ਜੋੜ ਕੇ ਮੇਰੀ ਗੁਜ਼ਾਰਿਸ਼ ਹੈ, ਪ੍ਰਾਰਥਨਾ ਕਿ ਉਹ ਵੀ ਆਓ ਇਸ ਪਰਿਵਾਰ ਦਾ ਸਾਥ ਦਈਏ, ਸਾਰੇ ਰਲ ਕੇ ਇਸ ਸੀਟ ਨੂੰ ਜਿਤਾਈਏ, ਇਸ ਗੁਰਦਾਸਪੁਰ ਹਲਕੇ ਨੂੰ ਵਿਜੇ ਬਣਾਈਏ। ਇਹ ਅੱਗੇ 10 ਸਾਲ ਤੋਂ ਬਹੁਤ ਹੀ ਅਸੀਂ ਡਰ ਔਰ ਖੌਫ ਦੀ ਰਾਜਨੀਤੀ ਨੂੰ ਆਪਾਂ ਦੇਖਦੇ ਆਏ ਹਾਂ। ਜਨਤਾ ਦੇ ਵਿੱਚ ਬਹੁਤ ਜ਼ਿਆਦਾ ਖੌਫ ਹੈ, ਜਨਤਾ 'ਚ ਬਹੁਤ ਜ਼ਿਆਦਾ ਡਰ ਹੈ। ਅਸੀਂ ਉਸ ਡਰ ਔਰ ਖੌਫ ਨੂੰ ਦੂਰ ਕਰੀਏ ਔਰ ਹੱਥ ਆਇਆ ਮੌਕਾ ਨਾ ਗਵਾਈਏ ਅਤੇ ਬਟਨ 5 ਦੇ ਨਿਸ਼ਾਨ ਦਾ ਦਬਾਈਏ ਅਤੇ ਪਾੜਾ ਪਰਿਵਾਰ ਨੂੰ ਜਿਤਾਈਏ।